ਨਮਸਕਾਰ, ਤੁਸੀਂ ਵੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ। ਇਲਾਕੇ ਦੇ ਵਿੱਚ ਲਗਾਤਾਰ ਸ਼ਿਕਾਰੀਆਂ ਵੱਲੋਂ ਸ਼ਿਕਾਰ ਕਰਨ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਤੇ ਉੱਥੇ ਹੀ ਜੀਵ ਵਿਭਾਗ ਵੀ ਇਹਨਾਂ ਸ਼ਿਕਾਰੀਆਂ ਨੂੰ ਪਕੜਨ ਦੇ ਲਈ ਪੂਰੀ ਤਰ੍ਹਾਂ ਸਤਰਕ ਹੈ। ਤਾਜੇ ਮਾਮਲੇ ਦੀ ਗੱਲ ਕਰੀਏ ਤਾਂ ਸ਼ਿਕਾਰੀਆਂ ਨੂੰ ਪਕੜਨ ਦਾ ਤਾਜਾ ਮਾਮਲਾ ਨੰਗਲ ਦੇ ਕਰੀਬੀ ਪਿੰਡ ਛੁੱਟੇਆਲ ਤੋਂ ਸਾਹਮਣੇ ਆਇਆ ਹੈ। ਪੰਜਾਬ ਟੀਵੀ ਪ੍ਰਾਈਮ ਦੇ ਨਾਲ ਗੱਲਬਾਤ ਕਰਦੇ ਹੋਏ ਜੀਵ ਵਿਭਾਗ ਦੇ ਰੇਂਜ ਅਫਸਰ ਨੇ ਦੱਸਿਆ ਕਿ ਉਹਨਾਂ ਨੂੰ ਇੱਕ ਗੁਪਤ ਸੂਚਨਾ ਮਿਲੀ ਸੀ ਕਿ ਪਿੰਡ ਛੁੱਟੇਆਲ ਦੇ ਪੋਲਟਰੀ ਫਾਰਮ ਉੱਤੇ ਇੱਕ ਸੂਰ ਦੀ ਵੱਢ ਟੁੱਕ ਕੀਤੀ ਜਾ ਰਹੀ ਹੈ ਤੇ ਮੌਕੇ ਉੱਤੇ ਪਹੁੰਚ ਕੇ ਉਹਨਾਂ ਦੀ ਟੀਮ ਵੱਲੋਂ ਦੋ ਆਰੋਪੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਨਾਲ ਹੀ ਮਰੇ ਹੋਏ ਸੂਰ ਨੂੰ ਵੀ ਹਿਰਾਸਤ ਦੇ ਵਿੱਚ ਲਿਆ ਗਿਆ ਹੈ ਤੇ ਅੱਜ ਇਹਨਾਂ ਆਰੋਪੀਆਂ ਨੂੰ ਮਾਨਯੋਗ ਅਦਾਲਤ ਨੰਗਲ ਦੇ ਵਿੱਚ ਪੇਸ਼ ਕੀਤਾ ਜਾਵੇਗਾ। ਤੇ ਆਓ ਤੁਹਾਨੂੰ ਵੀ ਸੁਣਾਉਂਦੇ ਹਾਂ ਕਿ ਰੇਂਜ ਅਫਸਰ ਵੱਲੋਂ ਵਧੇਰੇ ਜਾਣਕਾਰੀ ਦਿੰਦੇ ਹੋਏ ਕੀ ਦੱਸਿਆ ਗਿਆ। ਨੰਗਲ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਾਕੇਸ਼ ਰਾਣਾ ਦੀ ਰਿਪੋਰਟ। ਸਰ ਦੱਸੋ, ਜਿਹੜੇ ਦੋ ਬੰਦੇ ਫੜੇ ਆ, ਇਹ ਕਿੱਦਾਂ ਫੜੇ, ਕਿੱਦਾਂ ਤੁਹਾਨੂੰ ਪਤਾ ਲੱਗਾ ਸੀਗਾ, ਕੀ ਇਹਨਾਂ ਤੋਂ ਬਰਾਮਦ ਹੋਇਆ, ਜ਼ਰਾ ਵਿਸਤਾਰ ਨੂੰ ਦਿਓ ਜਾਣਕਾਰੀ। ਸਾਡੀ ਟੀਮ ਨੇ ਗਸ਼ਤ ਕਰ ਰਹੇ ਸੀ, ਗਸ਼ਤ ਦੌਰਾਨ ਸਾਨੂੰ ਗੁਪਤ ਸੂਚਨਾ ਮਿਲੀ ਕਿ ਪਿੰਡ ਛੋਟੇਵਾਲ ਦੇ ਪੋਲਟਰੀ ਫਾਰਮ ਆ, ਉਹਦੇ ਵਿੱਚ ਕੁਛ ਬੰਦਿਆਂ ਸੂਰ ਦਾ, ਜੰਗਲੀ ਸੂਰ ਦਾ ਸ਼ਿਕਾਰ ਕਰਕੇ ਉਹਦੀ ਕੱਟ ਵੱਟ ਕਰ ਰਹੇ ਹੈ ਅਤੇ ਸਾਡੀ ਟੀਮ ਨੇ ਉੱਥੇ ਜਾ ਕੇ ਛਾਪਾ ਮਾਰਿਆ ਅਤੇ ਉੱਥੇ ਮੌਕੇ 'ਤੇ ਸਾਨੂੰ ਦੋ ਵਿਅਕਤੀ ਮਿਲੇ। ਇੱਕ ਦਾ ਨਾਮ ਮੋਹਿਤ ਕੁਮਾਰ, ਦੂਜਾ ਸੁਖਦੇਵ ਸਿੰਘ, ਅਤੇ ਅਸੀਂ ਇਹਨਾਂ ਕੋਲੋਂ ਇੱਕ ਜੰਗਲੀ ਸੂਰ ਸਾਬਤ ਬਰਾਮਦ ਕੀਤਾ, ਮਾਰਿਆ ਹੋਇਆ ਸਾਬਤ ਕੀਤਾ ਅਤੇ ਉਸ ਤੋਂ ਅਸੀਂ ਇਹਨਾਂ ਨੂੰ ਉੱਥੋਂ ਆਪਣੀ ਕਸਟਡੀ 'ਚ ਲੈ ਕੇ ਰੋਪੜ ਆਪਣੇ ਦਫ਼ਤਰ ਲੈ ਗਏ। ਉਸ ਤੋਂ ਬਾਅਦ ਕਾਰਵਾਈ ਕਰਕੇ ਵੀ ਪੁੱਛਗਿੱਛ ਕਰਨ ਦੌਰਾਨ ਉਸ ਤੋਂ ਬਾਅਦ ਅਸੀਂ ਇਹਨਾਂ ਨੂੰ ਸਿਟੀ ਥਾਣੇ ਰਾਜਧਾਨੀ ਛੱਡਤਾ। ਹੁਣ ਅਸੀਂ ਅੱਜ ਇਹਨਾਂ ਨੂੰ ਮਾਨਯੋਗ ਕੋਰਟ ਨੰਗਲ ਡੈਮ ਵਿਖੇ ਪੇਸ਼ ਕਰਨ ਲੈ ਕੇ ਜਾ ਰਹੇ ਹਾਂ। ਸਰ, ਇਹ 'ਚ ਕੀ ਧਾਰਾ ਲੱਗਦੀ ਹੈ? ਧਾਰਾ ਇਹਦੇ ਲੱਗਦੀ ਹੈ ਜੀ, ਅੰਡਰ ਸੈਕਸ਼ਨ 9-51 ਆਫ ਐਕਟ 1972, ਅਮੈਂਡਮੈਂਟ 1922। ਅਤੇ ਸਰ, ਇਹ ਮੰਨਦੇ ਆ ਵੀ ਇਹਨਾਂ ਨੇ ਸ਼ਿਕਾਰ ਕੀਤਾ? ਹਾਂਜੀ ਸਰ, ਨਹੀਂ ਇਹ ਮੰਨਦੇ ਆ ਸਾਨੂੰ, ਅਸੀਂ ਜਦੋਂ ਮੌਕੇ 'ਤੇ ਬਰਾਮਦ ਕੀਤਾ ਸੂਰ ਦਾ ਸ਼ਿਕਾਰ ਕੀਤਾ ਹੋਇਆ ਸੀ। ਹਾਂ ਸਰ, ਸੂਰ ਨੂੰ ਵੱਢ ਕੱਟ ਕੀਤਾ ਜਾਂ ਸੇਫ ਇੱਦਾਂ? ਹਾਲੇ ਸ਼ੁਰੂ ਕਰ ਰਹੇ ਸੀ ਕੱਟ ਵੱਢ ਕਰਨ ਵਾਸਤੇ, ਅਤੇ ਥੋੜ੍ਹਾ ਜਿਹਾ ਕਟਿੰਗ ਕੀਤੀ ਹੋਈ ਆ, ਬਾਕੀ ਸਾਫ਼ ਹੋ ਗਏ। ਅਤੇ ਸਰ, ਇਹ ਜਿਹੜਾ ਤੁਸੀਂ ਇਹ ਗ੍ਰਿਫਤਾਰ ਕੀਤਾ, ਇਹਨਾਂ ਦੇ ਕਿੱਦਾਂ ਦੀ ਸਜ਼ਾਵਾਂ ਹੁੰਦੀਆਂ, ਜਰਾ ਇਹਦੇ ਬਾਰੇ ਵੀ ਜਾਣਕਾਰੀ ਦਿਓ ਤਾਂ ਕਿ ਲੋਕ ਹੋਰ ਵੀ ਜਾਗਰੂਕ ਹੋ ਸਕਣ ਵੀ ਸ਼ਿਕਾਰ ਨਹੀਂ ਕਰਨਾ? ਇਹ 1972 ਦੇ ਐਕਟ ਮੁਤਾਬਕ ਇਹਨਾਂ ਨੂੰ 307 ਸਾਲ ਦੀ ਸਜ਼ਾ ਹੋ ਸਕਦੀ ਆ ਅਤੇ 1,00,000 ਰੁਪਏ ਜੁਰਮਾਨਾ ਵੀ ਹੋ ਸਕਦਾ, ਦੋਵੇਂ ਜੇਲ੍ਹ ਦਾ ਇਕੱਠੀਆਂ ਹੋ ਸਕਦੀਆਂ, ਇਕੱਠੀਆਂ ਵੀ ਹੋ ਸਕਦੀਆਂ। ਅਤੇ ਜਿਹੜਾ ਜਾਨਵਰ ਤੁਸੀਂ ਫੜਿਆ, ਉਹ ਕਿਸ ਏਜ ਦਾ ਲੱਗਦਾ ਹੈ? ਕੀ ਜਾਨਵਰ ਕੀ ਸੀ ਸਰ? ਜੰਗਲੀ ਸੂਰ। ਸੂਰ ਕਿੰਨੀ ਕੁ ਉਮਰ ਹੈ ਇਹਦੀ, ਕਿੰਨਾ ਕੁ ਵਜ਼ਨ ਹੋਊਗਾ? ਵਜ਼ਨ ਹੋਏਗਾ ਜੀ, ਕੁਇੰਟਲ ਦੇ ਉੱਪਰ ਵੇਟ ਹੈਗਾ ਜੀ, ਅਤੇ ਏਜ ਦਾ ਇਹਦੀ ਘੱਟੋ ਘੱਟ ਹੋਏਗੀ 5-6 ਸਾਲ ਦੀ। 5-6 ਸਾਲ ਦੀ। ਅਤੇ ਸਰ, ਕੀ ਅਪੀਲ ਕਰੋਗੇ ਲੋਕਾਂ ਨੂੰ ਜਿਹੜੇ ਇੱਦਾਂ ਦੇ ਕੰਮ 'ਚ? ਤੁਸੀਂ ਤਾਂ ਇਹ ਕਹਿ ਰਹੇ ਵੀ ਆਪਣਾ ਇਸ ਗੱਲ ਤੋਂ ਨਾ ਕਰੋ, ਇਹ ਗਲਤ ਕੰਮ ਨੂੰ ਨਾ ਪਕੜੋ, ਨਾ ਸ਼ਿਕਾਰ ਦਾ ਸਾਡਾ ਬੰਦ ਆ ਆਪਣੇ ਸਾਰੇ ਆਲ ਇੰਡੀਆ ਦੇ ਵਿੱਚ ਸ਼ਿਕਾਰ ਵਾਸਤੇ ਪਾਬੰਦੀਆਂ ਅਤੇ ਸਾਡੇ ਉੱਪਰੋਂ ਹਦਾਇਤਾਂ ਸਾਨੂੰ ਬਹੁਤ ਹੋਣ ਕਰਕੇ ਇਸ ਕਰਕੇ ਨਾ ਕੀਤਾ ਜਾਵੇ, ਸ਼ਿਕਾਰ ਨਾ ਕੀਤਾ ਜਾਵੇ ਅਤੇ ਇਹੋ ਜਿਹੀ ਲੋਭਤੇ ਨਾ ਆਵੇ ਜਦੋਂ ਤੁਸੀਂ ਗਲਤ ਕੰਮ ਕਰੋ ਤਾਂ ਕਾਰਵਾਈ ਕਰਦੇ। ਬਾਕੀ ਕਈ ਕਿਸਾਨ ਵੀ ਇਹਨਾਂ ਨੂੰ ਇਹੀ ਪ੍ਰੋਬਲਮ ਆਉਂਦੀ ਹੈ ਵੀ ਜਿਹੜੇ ਜੰਗਲੀ ਜਾਨਵਰ ਉਹਨਾਂ ਦੀ ਫਸਲਾਂ ਨੂੰ ਖਰਾਬ ਕਰਦੇ ਨੇ, ਸਤੰਬਰ ਤੋਂ ਲੈ ਕੇ 31 ਮਾਰਚ ਤੱਕ। ਇਸ ਸਾਲ ਇੱਕ ਨਵਾਂ ਸਾਡਾ 2022 ਦੇ ਵਿੱਚ ਇੱਕ ਨਵਾਂ ਐਕਟ ਬਣਾਇਆ ਗਿਆ, ਜਿਸ ਬੰਦੇ ਕੋਲ 315 ਵੋਲ ਰਾਈਫਲ ਹੈ ਅਤੇ ਆਪਣੀ ਜ਼ਮੀਨ ਨਾ ਹੋਵੇ, ਜੀ ਬੰਦੇ ਉਸੀ ਦੀ ਜ਼ਮੀਨ ਹੋਵੇ, ਉਸੀ ਦੀ